بسم اللہ الرحمن الرحیم السلام علیکم تو جی میرے ਕਿਸਾਨ بھائیو میں اس وقت کپاہ ਦੇ ਖੇਤ ਦੇ ਵਿੱਚ ਮੌਜੂਦ ਹਾਂ ਔਰ ਮੈਂ ਇੱਕ ਅਹਿਮ ਨੁਕਤਾ ਬਿਆਨ ਕਰਨ ਲੱਗਾ ਤੁਹਾਡੀ ਤਵੱਜੋ ਜਿਹੜੀ ਹੈ ਨਾ ਮੇਰੇ ਉਹ ਕਿਸਾਨ ਜਿਨ੍ਹਾਂ ਨੇ بی ٹی ਕਾਟਨ ਦੀ ਫਸਲ ਲਾਈ ਹੋਈ ਹੈ ਚਾਹੇ ਉਹ ਗੇਤੀ ਹੈ ਚਾਹੇ ਪਛੇਤੀ ਹੈ ਦੋਨਾਂ ਦੇ ਉੱਤੇ ਮਸਲੇ ਮਸਾਇਲ ਜਿਹੜੇ ਹਨ ਉਹ ਆ ਰਹੇ ਹੈ ਤੇ ਡੀਪਲੀ ਤੁਸੀਂ ਮੇਰੇ ਸਾਹਮਣੇ ਇਹ ਪਲਾਟ ਦੇਖ ਰਹੇ ਹਾਂ ਔਰ ਕਾਫੀ ਇਸ ਦੀ ਜਿਹੜੀ ਰੰਗਤ ਆ ਨਾ ਉਹ ਚੇਂਜ ਹੋ ਗਈ ਆ ਬਿਮਾਰੀ ਨੇ ਇਹਦਾ ਹੁਲੀਆ ਜਿਹੜਾ ਨਾ ਉਹ ਵਿਗਾੜ ਕੇ ਰੱਖ ਦਿੱਤਾ ਦੋਨੋਂ ਸਾਈਡਾਂ ਹੀ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਵੀ ਤੁਸੀਂ ਦੇਖ ਲਓ ਕਿ ਜ਼ੰਗ ਲੂਧ ਹੋ ਗਿਆ ਫੰਗਸ ਲੱਗ ਗਿਆ ਤੇ ਜਦੋਂ ਇਦਾਂ ਦੀ ਸਿਚੁਏਸ਼ਨ ਹੋ ਜੇ ਇਦਾਂ ਦੀ ਸਟੇਜ ਬਣ ਜਵੇ ਇਦਾਂ ਦੀ ਬਿਮਾਰੀ ਤੁਹਾਡੀ ਕਪਾਹ ਤੇ ਆ ਜੇ ਤੇ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਦੇਖੋ ਮੈਂ ਤਾਂ ਇਹ ਕਵਾਂਗਾ ਕਿ ਥੋੜਾ ਜਿਹਾ ਨਾ ਫਾਰਮੂਲੇ ਚੇਂਜ ਕਰਦਾ ਰਹਿਣਾ ਚਾਹੀਦਾ ਵਾ ਚੇਂਜ ਕਰਾਂਗੇ ਤੇ ਫਿਰ ਹੀ ਕੋਈ ਮਾਮਲਾਤ ਅੱਗੇ ਵਧਣਗੇ ਅਗਰ ਅਸੀਂ ਇੱਕ ਹੀ ਸਪਰੇਅ ਤੇ ਇੱਕ ਹੀ ਫਾਰਮੂਲੇ ਤੇ ਇਖਤਿਫਾ ਕਰੀਏ ਨਾ ਤੇ ਫਿਰ ਉਹ ਗੱਲ ਨਹੀਂ ਬਣੀ ਕਿ ਉਹ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਆ ਹਾਈ ਟੈਂਪਰੇਚਰ ਨੇ ਨਾ ਕਪਾਹ ਦੀ ਫਸਲ ਨੂੰ ਕਾਫੀ ਨੁਕਸਾਨ ਦਿੱਤਾ ਜਿਹਦੇ ਵਿੱਚ ਸ਼ੈਡਿੰਗ ਬਹੁਤ ਹੋਈ ਆ ਤੇ ਵਾਈਟ ਫਲਾਈ ਜਿਹੜੀ ਆ ਉਸ ਦਾ ਅਟੈਕ ਬਹੁਤ ਆ ਵਾਈਟ ਫ्लाई ਜਿਹੜੀ ਆ ਉਹ ਆਮ ਸਪਰੇਆਂ ਨਾਲ ਨਹੀਂ ਜਾ ਰਹੀ ਅੱਛੇ ਸਪਰੇ ਨਾਲ ਵੀ ਐਵੇਂ ਥੋੜੇ ਦਿਨ ਕੰਟਰੋਲ ਰਹਿੰਦਾ ਲੇਕਿਨ ਗੱਲ ਨਹੀਂ ਬਣਦੀ ਲੇਕਿਨ ਮੈਂ ਕਹਾ ਕਿ ਪਾਈਰੀ ਪ੍ਰਾਕਸੀਫਨ ਵੀ ਅਸੀਂ ਕੀਤੀ ਆ ਲੇਕਿਨ ਅੱਜ ਮੈਂ ਜਿਹੜੀ ਚੀਜ਼ ਬਿਆਨ ਕਰਨ ਲੱਗਾ ਨਾ ਕਿ ਵੈਪਰੋਫਜ਼ੀਨ ਵੈਪਰੋ ਦਵਾਈ ਨਾ ਤੁਸੀਂ ਆਮ ਰეკਮੈਂਡ ਕਰਦੇ ਆ ਕਿ 900 ਗ੍ਰਾਮ ਤੁਸੀਂ 1.5 ਕਿੱਲੇ ਤੇ ਕਰੋ ਲੇਕਿਨ ਮੈਂ ਕਹਿੰਨਾ ਕਿ ਮੈਂ ਅੱਜ ਕਰਾ ਰਿਆ ਵਾਂ 1 ਕਿੱਲੇ ਤੇ ਤੁਸੀਂ 900 ਗ੍ਰਾਮ ਵੈਪਰੋ ਪਾ ਲਓ ਔਰ ਜਿੱਥੇ ਐਦਾਂ ਦਾ ਮਸਲਾ ਜ਼ਿਆਦਾ ਆ ਉਹਦੇ ਵਿੱਚ ਤੁਸੀਂ ਨਾ ਵੇਲੀਡਾਮਾਈਸਿਨ ਤੇ ਡਾਈਫੈਨਕੋਨਜ਼ੋਲ 300 ਗ੍ਰਾਮ ਫੀ ਕਿੱਲੇ ਦੇ ਹਿਸਾਬ ਨਾਲ ਇਹ ਦੋ ਗੱਲਾਂ ਹੋ ਗਈਆਂ ਔਰ ਤੀਸਰਾ ਇਹ ਸਬਜ਼ ਤੇਲਾ ਐਫੋਡ ਜੈਸਿਡ ਇਹਨਾਂ ਵਾਸਤੇ ਤੁਸੀਂ ਨਾ ਫਲੋਨਿਕਾ ਮਿਡ ਕਿਉਂਕਿ ਇਹ ਸਫੈਦ ਵਾਈਟ ਫਲਾਈ ਨੂੰ ਵੀ ਕੰਟਰੋਲ ਕਰੇਗਾ ਵੈਪਰ ਉਹ ਅੰਡੇ ਬੱਚੇ ਵੀ ਮਾਰੂਗੀ ਔਰ ਬਾਲਗ ਮੱਖੀ ਜਿਹੜੀ ਆ ਉਹਨੂੰ ਵੀ ਮਾਰੂਗੀ ਤੇ ਇਹ ਚੀਜ਼ਾਂ ਦਾ ਕੰਬੀਨੇਸ਼ਨ ਬਣਾ ਕੇ ਜਿਹੜਾ ਹੈ ਵੇਲੀਡਾਮਾਈਸਿਨ ਡਾਈਫੈਨਕੋਨਜ਼ੋਲ ਉਨੂੰ ਤੁਸੀਂ ਇੱਕ علیحدਾ ਇੱਕ ਬਰਤਨ ਚ ਘੋਲ ਲੋ ਤੇ ਜਿਹੜੀ ਦੂਸਰੀ ਹੈਗੀ ਆ ਫਲੋਨਿਕਾ ਮਿਡ ਔਰ ਬੈਪਰੋ ਉਹਨੂੰ ਤੁਸੀਂ علیحدਾ ਤਿਆਰ ਕਰ ਲੋ ਔਰ 120 ਲੀਟਰ ਤੋਂ ਲੈ ਕੇ ਤਕਰੀਬਨ 150 ਲੀਟਰ ਫੀ ਏਕੜ ਤੁਸੀਂ ਪਾਣੀ ਲਾਉਣਾ ਵਾ ਔਰ 6 ਦਿਨ ਤੋਂ ਬਾਅਦ ਤੁਸੀਂ ਸਪਰੇਅ ਨੂੰ ਨਾ ਰਿਪੀਟ ਕਰ ਦੇਣਾ ਇੱਕ ਦਫਾ ਮੈਂ ਫਿਰ ਰਿਪੀਟ ਕਰ ਦਿੰਦਾ ਵਾਂ ਕਿ ਬੈਪਰੋਫਜ਼ਨ 900 ਗ੍ਰਾਮ ਇੱਕ ਪੈਕ ਇੱਕ ਕਿੱਲੇ ਤੇ اور فلونی ਕਮੈਡ 80 ਗ੍ਰਾਮ ਫੀ ਕਿੱਲਾ اور ਡਾਈ ਫੈਨਾਕੋਲੋਜ਼ੋਲ اور ਵਲੀਡਾਮਾਈਸਿਨ ਇਹ ਜਿਹੜਾ ਵਾ ਤੁਸੀਂ 300 ਗ੍ਰਾਮ ਫੀ ਕਿੱਲਾ اور 6 ਦਿਨ ਬਾਅਦ ਤੁਸੀਂ ਨਾ ਇਸ ਨੂੰ ਰਿਪੀਟ ਕਰ ਦਿਓ اور ਇਨਸ਼ਾ ਅੱਲਾਹ ਤਾਲਾ ਅੱਲਾ ਦੇ ਫਜ਼ਲੁ ਕਰਮ ਨਾਲ ਇਨਸ਼ਾ ਅੱਲਾ ਆਪਣੀ ਕਪਾਹ ਜਿਹੜੀ ਆ ਉਹਦੀ ਤੁਸੀਂ ਰੰਗਤ ਦੇਖ ਲਿਆ ਜੋ ਠੀਕ 8 ਤੋਂ 10 ਦਿਨ ਬਾਅਦ ਕਿਉਂਕਿ ਟੈਂਪਰੇਚਰ ਵੀ ਇਨਸ਼ਾ ਅੱਲਾਹ ਆਉਣ ਵਾਲੇ ਦਿਨਾਂ 'ਚ ਡਾਊਨ ਹੋਏਗਾ ਔਰ ਆਉਣ ਵਾਲੇ ਜਿਹੜੇ ਦਿਨ ਵਾਂ ਇਨਸ਼ਾਅੱਲਾ ਉਹ ਕਪਾਹ ਦੇ ਜ਼ਿਮੀਦਾਰ ਦੇ ਹੱਕ ਦੇ ਵਿੱਚ ਹੋਣਗੇ ਸਪਰੇਅ ਅੱਜ ਹੋ ਰਿਹਾ ਮੈਂ ਤੁਹਾਨੂੰ ਦਿਖਾ ਵੀ ਦਿਆਂ ਇਸੇ ਚੀਜ਼ ਦਾ ਅੱਜ ਸਪਰੇਅ ਜਿਹੜਾ ਮੈਂ ਉਹ ਇਕਰਾ ਰਿਹਾ ਹਾਂ ਔਰ 6 ਦਿਨ ਤੋਂ ਬਾਅਦ ਇਸ ਨੂੰ ਰਿਪੀਟ ਕਰ ਦੇਣਾ ਉਮੀਦ ਕਰਦਾ ਕਿ ਮੇਰੇ ਜਿਹੜੇ ਸਾਡੇ ਕਪਾਹ ਦੇ ਕਾਸ਼ਤਕਾਰ ਉਹ ਸਾਡੀ ਇਸ ਤਜਵੀਜ਼ ਨੂੰ ਤੇ مستਫੀਦ ਹੋ ਕੇ ਕਪਾਹ ਦੀ ਫਸਲ ਨੂੰ ਬਚਾ ਸਕਦੇ ਨੇ ਨੈਕਸਟ ਵੀਡੀਓ ਤੱਕ ਇਜਾਜ਼ਤ ਚਾਹੁੰਦੇ ਹਾਂ ਜੀ ਅੱਲਾਹ ਹਾਫਜ਼